ਸ਼ਸ਼ੀ ਕਾਇਤੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਆਲੂ ਬੀਨਸ ਦੀ ਸਬਜ਼ੀ ਇਹਨੂੰ ਆਪਾਂ ਫਲੀਆਂ ਕਹਿੰਦੇ ਆ ਫਲੀਆਂ ਦੀ ਸਬਜ਼ੀ ਆਪਾਂ ਬਣਾ ਕੇ ਅੱਜ ਤਿਆਰ ਕਰਾਂਗੇ ਘੱਟ ਤੋਂ ਘੱਟ ਮਸਾਲਿਆਂ ਦੇ ਨਾਲ ਬਣਾਵਾਂਗੇ ਬਹੁਤ ਹੀ ਜ਼ਿਆਦਾ ਸਿੰਪਲ ਤਰੀਕੇ ਦੇ ਨਾਲ ਇਹ ਸਬਜ਼ੀ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਜੋ ਬੱਚੇ ਜਾਂ ਵੱਡੇ ਇਹ ਸਬਜ਼ੀ ਨਹੀਂ ਖਾਂਦੇ ਆਂ ਉਂਗਲੀਆਂ ਚਟ-ਚਟ ਕੇ ਸਬਜ਼ੀ ਖਾਂਣਗੇ ਇੰਨੀ ਜ਼ਿਆਦਾ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੋਏਗੀ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕਿ ਸਬਜ਼ੀ ਮੈਂ ਕਿਵੇਂ ਬਣਾ ਕੇ ਤਿਆਰ ਕੀਤੀ ਹੈ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਹ ਸਬਜ਼ੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਕੜਾਈ ਰੱਖੀਏ ਗੈਸ ਦੇ ਉੱਤੇ ਤੇ ਇਹਦੇ ਵਿੱਚ ਪਾਵਾਂਗੇ 3 ਤੋਂ 4 ਚਮਚ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਗਰਮ ਕਰ ਲੈਣਾ ਤੁਸੀਂ ਜੋ ਵੀ ਕੁਕਿੰਗ ਆਇਲ ਖਾਂਦੇ ਹੋ ਘਰ ਦੇ ਵਿੱਚ ਤੁਸੀਂ ਉਹੀ ਤੇਲ ਜਿਹੜਾ ਇਹ ਲੈ ਲੈਣਾ ਮੈਂ ਇੱਥੇ ਸਰੋਂ ਦੇ ਤੇਲ ਦਾ ਯੂਜ਼ ਕਰ ਰਹੀ ਆ ਤੇ ਇਹ ਚੰਗੀ ਤਰ੍ਹਾਂ ਦੇ ਨਾਲ ਗਰਮ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਜੀਰਾ ਨੂੰ ਆਪਾਂ ਫਰਾਈ ਕਰ ਲਵਾਂਗੇ ਹਲਕਾ ਜਿਹਾ ਜਿਵੇਂ ਜੀਰਾ ਫਰਾਈ ਹੋ ਜਾਏਗਾ ਇਹਦੇ ਵਿੱਚ ਪਾਵਾਂਗੇ ਬਰੀਕ ਬਰੀਕ ਕੱਟੇ ਹੋਏ ਪਿਆਜ਼ ਮੈਂ ਦੋ ਪਿਆਜ਼ ਜਿਹੜੇ ਵੱਡੇ ਸਾਈਜ਼ ਦੇ ਲੈ ਸੀ ਬਰੀਕ ਬਰੀਕ ਇਹਨਾਂ ਨੂੰ ਕੱਟ ਕੇ ਇਹ ਪਾ ਦਿੱਤਾ ਪਿਆਜ਼ ਨੂੰ ਆਪਾਂ ਹਲਕਾ ਜਿਹਾ ਪਕਾਵਾਂਗੇ ਇਹਦਾ ਕੱਚਾਪਨ ਹਲਕਾ ਜਿਹਾ ਕੱਢਾਂਗੇ ਆਪਾਂ ਜਿਆਦਾ ਪਿਆਜ਼ ਨੂੰ ਆਪਾਂ ਨਹੀਂ ਪਕਾਣਾ ਬਸ ਹਲਕਾ ਜਿਹਾ ਇਹਨੂੰ ਆਪਾਂ ਪਕਾਣਾ ਹੈ ਕਿਉਂਕਿ ਸਬਜ਼ੀ ਦੇ ਨਾਲ ਵੀ ਇਹ ਪਿਆਜ ਜਿਹੜਾ ਹੈ ਪੱਕੇਗਾ ਇਸ ਕਰਨੇ ਨੂੰ ਆਪਾਂ ਹਲਕਾ ਜਿਹਾ ਪਕਾਣਾ ਹੈ ਪਿਆਜ਼ ਜਿਹੜਾ ਹਲਕਾ ਜਿਹਾ ਪੱਕ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੀਨਸ ਤੇ ਆਲੂ ਇੱਥੇ ਮੈਂ ਅੱਧਾ ਕਿਲੋ ਬੀਨਸ ਲਈ ਸੀ ਬੀਨਸ ਨੂੰ ਮੈਂ ਧੋ ਕੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਲੰਬੇ ਸਾਈਜ਼ ਦੇ ਵਿੱਚ ਵੀ ਇਹਨਾਂ ਨੂੰ ਕੱਟ ਕਰ ਸਕਦੇ ਹੋ ਹੁਣ ਆਪਾਂ ਇਹ ਬੀਨਸ ਪਾ ਦਵ ਚਾਰ-ਪੰਜ ਆਲੂ ਲੈ ਸੀ ਇਹਨਾਂ ਨੂੰ ਮੈਂ ਕੱਟ ਕੇ ਧੋ ਲਿਆ ਚੰਗੀ ਤਰ੍ਹਾਂ ਦੇ ਨਾਲ ਇਹ ਪਾ ਦਵਾਂਗੇ ਤੇ ਪਾਵਾਂਗੇ ਇਹਦੇ ਵਿੱਚ ਨਮਕ ਸਵਾਦ ਅਨੁਸਾਰ ਮੈਂ ਇੱਥੇ ਇੱਕ ਚਮਚੇ ਛੋਟੇ ਵਾਲਾ ਜਿਹੜਾ ਨਮਕ ਇਹਦੇ ਵਿੱਚ ਪਾ ਰਹੀ ਆ ਨਮਕ ਪਾ ਕੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਸਾਰੀਆਂ ਚੀਜ਼ਾਂ ਮਿਕਸ ਕਰ ਦੇਣੀ ਆ ਬਸ ਇਹੀ ਮਸਾਲੇ ਆਪਾਂ ਹੱਲੇ ਪਾਣੇ ਇਹਦੇ ਵਿੱਚ ਹੋਰ ਕੋਈ ਵੀ ਚੀਜ਼ ਆਪਾਂ ਇਹਦੇ ਵਿੱਚ ਜਿਹੜੀ ਹੈ ਨਹੀਂ ਪਾਣੀ ਆ ਚੰਗੀ ਤਰ੍ਹਾਂ ਦੇ ਨਾਲ ਸਾਰੀਆਂ ਚੀਜ਼ਾਂ ਪਹਿਲੇ ਮਿਕਸ ਕਰ ਦਵਾਂਗੇ ਤੜਕੇ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ 10 ਮਿੰਟ ਲਈ ਕਵਰ ਕਰਕੇ ਟੱਕ ਕੇ ਰੱਖ ਦੇਣਾ ਲੋ ਫਲੇਮ ਦੇ ਉੱਤੇ ਪੱਕਣ ਦੇਣਾ ਵਿੱਚ ਵਿੱਚ ਆਪਾਂ ਇਹਨੂੰ ਹਿਲਾ ਡੁਲਾ ਦੇਣਾ ਤਾਂ ਕਿ ਸਬਜ਼ੀ ਜਿਹੜੀ ਹੈ ਕੜਾਈ ਦੇ ਨਾਲ ਚਿਪਕੇ ਨਾ ਇਸ ਕਾਰਨ ਇਹ ਬਹੁਤ ਹੀ ਅਲੱਗ ਜਿਹਾ ਤਰੀਕਾ ਹੈ ਆਸਾਨ ਤਰੀਕਾ ਹੈ ਸਬਜ਼ੀ ਬਣਾਉਣ ਦਾ ਕਿਉਂਕਿ ਆਲੂ ਬੀਨਸ ਜਿਹੜੇ ਹੈ ਗਲਣ ਵਿੱਚ ਟਾਈਮ ਲੈਂਦੇ ਆ ਤੇ ਇਸ ਕਾਰਨ ਤੁਸੀਂ ਜੇਕਰ ਇਸ ਤਰੀਕੇ ਦੇ ਨਾਲ ਬਣਾਓਗੇ ਤਾਂ ਬਹੁਤ ਜਲਦੀ ਸਬਜ਼ੀ ਇਹ ਬਣ ਕੇ ਤਿਆਰ ਹੋਏਗੀ 10 ਮਿੰਟ ਲਈ ਇਹਨੂੰ ਕਵਰ ਕਰਕੇ ਟੱਕ ਦੇਨੇ ਆ 10 ਮਿੰਟ ਹੋ ਗਏ 10 ਮਿੰਟ ਬਾਅਦ ਚੱਕਣ ਚੁੱਕ ਕੇ ਦੇਖਨੇ ਆ ਸਬਜ਼ੀ ਜਿਹੜੀ ਹੈ ਕਿੰਨੀ ਕੀ ਜ਼ਿਆਦਾ ਪੱਕੀ ਹੈ ਇਨੂੰ ਆਪਾਂ 3-4 ਵਾਰ ਵਿੱਚ ਵਿੱਚ ਆਪਾਂ ਹਿਲਾ ਡੁਲਾ ਦਿੱਤਾ ਸੀ ਸਬਜੀ ਦਾ ਕਲਰ ਦੇਖੋ ਤੁਸੀਂ ਸਬ ਚੇਂਜ ਹੋ ਗਿਆ ਹਲਕਾ ਜਿਹਾ ਔਰ ਆਲੂ ਜਿਹੜੇ ਹੈ ਲਗਭਗ ਜਿਹੜੇ ਪੱਕ ਚੁੱਕੇ ਆ 90 ਤੋਂ 95% ਤੱਕ ਆਲੂ ਜਿਹੜੇ ਇਹ ਪੱਕ ਜਾਣੇ ਚਾਹੀਦੇ ਆ ਬੀਨਸ ਤਾਂ ਬਹੁਤ ਜਲਦੀ ਗਲ ਜਾਂਦੀ ਆ ਪਰ ਆਲੂ ਜਿਹੜੇ ਹਲਕਾ ਜਿਹਾ ਟਾਈਮ ਲੈਂਦੇ ਆ ਪੱਕਣ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬ੍ਰਿਕ ਬ੍ਰਿਕ ਕੱਟੇ ਹੋਏ ਲਾਲ ਟਮਾਟਰ ਮੈਂ ਚਾਹ ਟਮਾਟਰ ਲਏ ਸੀ ਛੋਟੇ ਸਾਈਜ਼ ਦੇ ਇਹ ਪਾ ਦਵਾਂਗੇ ਦੋ ਬਰੀ ਬਰੀ ਕੱਟ ਕੇ ਹਰੀਆਂ ਮਿਰਚਾਂ ਇਹਦੇ ਵਿੱਚ ਪਾ ਦਾਂਗੇ ਤੁਸੀਂ ਆਪਣੇ ਤਿੱਖੇ ਦੇ ਹਿਸਾਬ ਨਾਲ ਹਰੀ ਮਿਰਚ ਜਿਹੜੀ ਐਡ ਕਰਨੀ ਹੈ ਮਸਾਲੇ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ 1/4 ਚਮਚ ਪਾਵਾਂਗੇ ਹਲਦੀ ਪਾਊਡਰ ਤੇ 1/4 ਚਮਚ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਬਸ ਇੰਨੇ ਹੀ ਮਸਾਲੇ ਆਪਾਂ ਇਹਦੇ ਵਿੱਚ ਪਾਣੇ ਆ ਜਿਆਦਾ ਮਸਾਲੇ ਆਪਾਂ ਇਹਦੇ ਵਿੱਚ ਨਹੀਂ ਪਾਣੇ ਹੁਣ ਆਪਾਂ ਇਹ ਸਾਰੇ ਮਸਾਲੇ ਸਬਜ਼ੀ ਦੇ ਵਿੱਚ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਆਪਾਂ ਫੇਰ ਤੋਂ ਟੱਕ ਕੇ 5 ਮਿੰਟ ਲਈ ਪਕਾ ਲਵਾਂਗੇ। ਗੈਸ ਦੀ ਫਲੇਮ ਜਿਹੜੀ ਐ ਲੋ ਹੀ ਰੱਖਣੀ ਐ। ਹਾਈ ਫਲੇਮ ਤੇ ਇਹਨੂੰ ਨਹੀਂ ਪਕਾਣਾ ਐ ਨਾ ਹੀ ਮੀਡੀਅਮ ਫਲੇਮ ਤੇ ਪਕਾਣਾ। ਨਹੀਂ ਤਾਂ ਫੇਰ ਇਹ ਕੜਾਹੀ ਦੇ ਨਾਲ ਚਿਪਕ ਜਾਏਗੀ ਸਬਜ਼ੀ ਕਿਉਂਕਿ ਸੁੱਕੀ ਸਬਜ਼ੀ ਆਪਾਂ ਇਹ ਬਣਾ ਕੇ ਤਿਆਰ ਕਰ ਰਹੇ ਆ। ਤੇ ਗੈਸ ਦੀ ਫਲੇਮ ਜਿਹੜੀ ਐ ਲੋ ਹੀ ਰੱਖਣੀ ਐ। ਤੁਸੀਂ ਦੇਖਿਆ ਹੋਣਾ ਕਿੰਨੇ ਜ਼ਿਆਦਾ ਘੱਟ ਮਸਾਲੇ ਦੇ ਵਿੱਚ ਮੈਂ ਪਾਏ ਆ ਕੋਈ ਇਹਦੇ ਵਿੱਚ ਐਕਸਟਰਾ ਮਸਾਲੇ ਜਿਹੜੇ ਮੈਂ ਇਹਦੇ ਵਿੱਚ ਨਹੀਂ ਪਾਏ। ਇਹਨੂੰ ਕਵਰ ਕਰ ਦਿੰਨੇ ਆ 5 ਮਿੰਟ ਦੇ ਲਈ 5 ਮਿੰਟ ਹੋ ਗਿਆ ਤਾਂ ਚੰਚੂ ਕੇ ਦੇਖ ਲੈਣੇ ਆ ਸਬਜੀ ਸਾਡੀ ਕਿੰਨੀ ਕੁ ਜ਼ਿਆਦਾ ਪੱਕੀ ਹੈ ਇਹਨੂੰ ਆਪਾਂ ਮਿਕਸ ਕਰ ਲੈਣੇ ਆ ਚੰਗੀ ਤਰ੍ਹਾਂ ਦੇ ਨਾਲ ਸਬਜੀ ਦਾ ਕਲਰ ਦੇਖੋ ਕਿੰਨਾ ਵਧੀਆ ਆਇਆ ਸਾਰੇ ਮਸਾਲੇ ਜਿਹੜੇ ਉਹਨਾਂ ਨੇ ਆਪਣਾ ਰੰਗ ਦੇ ਦਿੱਤਾ ਕਿੰਨਾ ਵਧੀਆ ਰੰਗ ਆਇਆ ਸਬਜੀ ਦਾ ਆਲੂ ਜਿਹੜੇ ਆ ਪੂਰੀ ਤਰ੍ਹਾਂ ਦੇ ਨਾਲ ਗਲ ਚੁੱਕੇ ਆ ਸਬਜੀ ਪੂਰੀ ਤਰ੍ਹਾਂ ਦੇ ਨਾਲ ਸਾਡੀ ਬਣ ਕੇ ਤਿਆਰ ਹੈ ਬ੍ਰੇਕ ਬ੍ਰੇਕ ਕੱਟਿਆ ਇਹਦੇ ਵਿੱਚ ਹਰਾ ਧਨੀਆ ਪਾਵਾਂਗੇ ਮਿਕਸ ਕਰਾਂਗੇ ਤੇ ਸਬਜੀ ਸਰਵ ਕਰ ਲਵਾਂਗੇ ਇੱਕ ਵਾਰ ਤੁਸੀਂ ਮੇਰੇ ਇਸ ਦੱਸੇ ਹੋਏ ਤਰੀਕੇ ਨਾਲ ਇਹ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਸਿੰਪਲ ਤਰੀਕਾ ਹੈ ਅਲੱਗ ਤਰੀਕਾ ਹੈ ਸਬਜ਼ੀ ਬਣਾਉਣ ਦਾ ਪਰ ਬਹੁਤ ਹੀ ਜ਼ਿਆਦਾ ਸਵਾਦਵੀਂ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਸਬਜ਼ੀ ਨੂੰ ਤੁਸੀਂ ਰੋਟੀਆਂ ਦੇ ਨਾਲ ਪਰੌਂਠਿਆਂ ਦੇ ਨਾਲ ਪੂਰੀ ਦੇ ਨਾਲ ਜਿਹੜਾ ਵੀ ਦਿਲ ਕਰਦਾ ਖਾਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਮੇਰਾ ਸਬਜ਼ੀ ਬਣਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਿਆ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਡੇ ਕਮੈਂਟ ਮੈਨੂੰ ਮੋਟੀਵੇਟ ਕਰਦੇ ਆਂ ਜੇਕਰ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਲਾਈਕ ਕਰਕੇ ਸ਼ੇਅਰ ਕਰਿਓ ਜਰੂਰ ਇਸ ਵੀਡੀਓ ਨੂੰ ਤੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰਿਓ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਣ ਦੇ ਲਈ ਐਦਾਂ ਦੀ ਕਿਸੇ ਹੋਰ ਰੈਸਪੀ ਦੇ ਨਾਲ ਮਿਲਦੇ ਆਉਦੇ ਤੱਕ ਦੇ ਲਈ ਸ਼ਸ਼ੀ ਕਾਲ ਜੀ